जिस जल बिना जीवन की होंद संभव नहीं हैगी असी बूंद बूंद लई तरसन लग गए। सतलुज गंधला रावी गंधली गंधला होया ब्यास पिंड मेरे दे खूह टोपे गंधले कित्थों बुझे प्यास। लगता थोनू यह जे दिन रखण नाल जिहड़े लोग आ उन्हां नूं थोड़ा बहुत अकल आऊगी जां सूझ आऊगी कि असीं घट्टो घट पानी बचा लईए अपना आउण वालीआं पीढ़ियां वास्ते। पानी की बोतल का जिहड़ा जिहड़ी कीमत है वह दुध दे बराबर आउंदी जांदी आ तां फिर जे असीं हजे वी ना संभलांगे तां कदों संभलांगे। कोई भी कुदरती सोमा पानी का असीं गंद पाउण तों वांझा नहीं छड्डिया। सर जी बड़े लोगों का यह होंगे यार सरकारां नहीं आह कर दियाँ फलाना नहीं आह करता है ना यार गंद तो असी पाने हूँ सरकार हर घर कितों तुरी फिरे तो नहीं तो फिर दो पैग ला के शाम को कनेडा च बह के गल्लां कर दियाँ भी यार साडा सिस्टम बहुत घेंट आ तो भी भरावो थोड़ा ही आ जिहड़ा छड्ड के गए हुए हैं। दोस्तों तुसी देख रहे हो बी सोशल ते मैं आ सरबजीत सिंह सिद्धू। पंजाब पंजां दरियावां दी धरती है ते इत्थे पानी दी बहुतात होण करके अपने बजुर्ग शुरू तो चंगी खेती करदे आए है ते पंजाब जाणिया वी इस दे नाम नूं जांदा। अज 22 मार्च है जिथे कौमांतरी जल दिवस है ते जल दिवस वाले दिन असी गलबात करांगे वातावरण प्रेमी डॉक्टर बलविंद सिंह लखेवाली जिहड़े बड़े लंबे समय तो रुखां दी पंछियों की पानिया की बात पाते हैं। डॉक्टर साहब थोड़ा स्वागत है जी। थैंक यू जी धन्यवाद। डॉक्टर साहब पानी का दिन है तो ये बारे सानू दसो भी ये क्यों पूरे अंतरराष्ट्रीय पद्धर से मनाया जाता है तो लोगों को पानी बारे दसया जाता। सर जी तो मैं डिटेल जाने तो पहले एक सिंपल जी गल कहूँगा कि साढ़े गुरु साहब ने कहा कि पहला पानी जियो है जित हरिया सब कुछ। जो भी साढ़े आस पास इस ब्रह्मंड ते वरतारा हो रहा जो जिंदगी पन जिथों शुरू हुई है वो पानी है जल है। बिल्कुल तो उस दे चलदिआं जिदा जिवें जिवें अरबां खरबां सालों तो असी सुणदे आए हैं फिर पढ़ते आए हैं ग्रंथां च पढ़ते आए हैं फिर साइंस ने पढ़ाउणा शुरू किया भी किवें जिहड़ी जल ही जीवन क्यों है। बिल्कुल राइट। पर ਜਦੋਂ ਤੋਂ ਸ਼ੁਰੂ ਹੋਇਆ ਇਹ ਵਰਤਾਰਾ ਤੇ ਜਿਵੇਂ ਜਿਵੇਂ ਡਿਵੈਲਪਮੈਂਟ ਹੁੰਦੀ ਗਈ ਪਰ ਪਿਛਲੇ 200-300 ਸਾਲ ਦੇ ਵਿੱਚ ਅਸੀਂ ਤਰੱਕੀ ਦੇ ਨਾਂ ਤੇ ਸਾਇੰਸ ਦੇ ਰੌਕਟ ਤੇ ਚੜ ਕੇ ਐਸਾ ਗੰਦ ਪਾਇਆ ਕਿ ਜਿਹੜੀ ਸਾਡੀ ਜਿਹਦੇ ਜਿਸ ਜਲ ਬਿਨਾਂ ਜੀਵਨ ਦੀ ਹੋਂਦ ਸੰਭਵ ਨਹੀਂ ਹੈਗੀ ਉਹਨੂੰ ਅਸੀਂ ਬੂੰਦ ਬੂੰਦ ਲਈ ਤਰਸਣ ਲੱਗ ਗਏ। ਜਿਵੇਂ ਤੁਸੀਂ ਆਪ ਕਿਹਾ ਸੀਗਾ ਕਿ ਵੀ ਇਹ ਪੰਜ ਦਰਿਆਵਾਂ ਦੀ ਧਰਤੀ ਆ ਹਨਾ ਕਦੇ ਸਪਤ ਸਿੰਧੂ ਦੀ ਗੱਲ ਹੁੰਦੀ ਸੀ ਫਿਰ ਪੰਜ ਦਰਿਆਵਾਂ ਦੀ ਗੱਲ ਹੋਣ ਲੱਗੀ ਅੱਜ ਸਾਡੇ ਕੋਲੇ ਸਤਲੁਜ ਰਾਵੀ ਤੇ ਬਿਆਸ ਹੈ ਰਾਵੀ ਵੀ ਅੱਧੀ ਹਨਾ ਤਾਂ ਕਿਸਾਨ ਹੈ ਉਹਨਾਂ ਨੇ ਖੇਤੀ ਕਰਨੀ ਆ ਪਾਣੀ ਜ਼ਮੀਨ ਚੋਂ ਕੱਢਣਾ ਹਨਾ ਤਾਂ ਉਹ ਪਾਣੀ ਸਾਡਾ ਧਰਤੀ ਚੋਂ ਵੀ ਖਤਮ ਹੋ ਗਿਆ ਜਿਹੜੇ ਸਾਡੇ ਕੁਦਰਤੀ ਸੋਮੇ ਨੇ ਆ ਹੁਣ ਬਿਆਸ ਵਗ ਰਿਹਾ ਆਪਣੇ ਗੁਆਂਢ 'ਚ ਹਨਾ ਇਹਦੇ ਹਾਲਾਤ ਤੁਸੀਂ ਖੁਦ ਹੀ ਦੇਖ ਹੀ ਰਹੇ ਹੋ ਤੇ ਔਰ ਜਿਹੜੇ ਆਪਣੇ ਦਰਸ਼ਕ ਜਾਂ ਉਹ ਆ ਰੋਜ਼ਮਰਾ ਦੀ ਜ਼ਿੰਦਗੀ 'ਚ ਵੀ ਦੇਖਦੇ ਆ ਹਨਾ ਮੈਂ ਪਿੱਛੇ ਲਿਖਿਆ ਸੀ ਵੀ ਸਤਲੁਜ ਗੰਧਲਾ ਰਾਵੀ ਗੰਧਲੀ ਗੰਧਲਾ ਹੋਇਆ ਬਿਆਸ ਪਿੰਡ ਮੇਰੇ ਦੇ ਖੂਹ ਟੋਪੇ ਗੰਧਲੇ ਕਿੱਥੋਂ ਬੁਝੇ ਪਿਆਸ। ਮਤਲਬ ਅਸੀਂ ਕੋਈ ਵੀ ਕੁਦਰਤੀ ਸੋਮਾ ਪਾਣੀ ਦਾ ਅਸੀਂ ਗੰਦ ਪਾਉਣ ਤੋਂ ਵਾਂਝਾ ਨਹੀਂ ਛੱਡਿਆ। ਹੁਣ ਧਰਤੀ 'ਤੇ ਬੜੇ ਤਰ੍ਹਾਂ ਦੇ ਲੋਕ ਆ ਜਿਹੜਾ ਤੁਹਾਡਾ ਸਵਾਲ ਦਾ ਜਵਾਬ ਸੀ ਜਿਹੜੇ ਲੋਕ ਸੱਭਿਅਕ ਨੇ ਜਿਹੜੇ ਲੋਕਾਂ ਨੂੰ ਪਤਾ ਕਿ ਜ਼ਿੰਦਗੀ ਸਾਡੀ ਤਾਂ ਹੀ ਚੱਲਣੀ ਹੈ ਜੇ ਸਾਨੂੰ ਜਲ ਮਿਲਣਾ ਔਰ ਇਕੱਲੇ ਮਨੁੱਖ ਦੀ ਜ਼ਿੰਦਗੀ ਨਹੀਂ ਇਹ 184 ਮਿਹਨਤ ਨਹੀਂ ਤੁਝੀ 'ਤੇ ਹੋਈ ਇਹ ਸਾਰੀਆਂ 84 ਲੱਖ ਜੂਨਾਂ ਦੀ ਗੱਲ ਆ ਉਹ ਫਿਰ ਉਹ ਅੰਤਰਰਾਸ਼ਟਰੀ ਪੱਧਰ 'ਤੇ ਉਹ ਜਿਹੜੇ ਸੂਝਵਾਨ ਲੋਕ ਜਦੋਂ ਇਕੱਠੇ ਹੁੰਦੇ ਆ ਤੇ ਇਹ ਜਿਹੜੀਆਂ ਵਿਪਤਾਵਾਂ ਖੜੀਆਂ ਕੀਤੀਆਂ ਹੋਈਆਂ ਮਨੁੱਖ ਦੀਆਂ ਉਹਦੇ 'ਤੇ ਚਰਚਾ ਹੁੰਦੀ ਹੈ ਤਾਂ ਇਹ ਦਿਨ ਇਸ ਐਂਗਲ ਤੋਂ ਫਿਰ ਬਣਾਇਆ ਗਿਆ ਤਾਂ ਜੋ ਵੱਡੇ ਤੋਂ ਵੱਡੇ ਦੇਸ਼ ਤੇ ਛੋਟੇ ਤੋਂ ਛੋਟੇ ਦੇਸ਼ ਦੇ ਵਿੱਚ ਹਰ ਜਿਹੜਾ ਵਰਗ ਨੂੰ ਤੱਕ ਇਹ ਸੁਣਿਆ ਜਾਵੇ ਵੀ ਇੱਕ ਖਾਸ ਦਿਨ 'ਤੇ ਜ਼ਰੂਰ ਬੰਦੇ ਨੂੰ ਸੋਚਣ ਲਈ ਮਜਬੂਰ ਕੀਤਾ ਜਾਵੇ ਜਿੱਦਾਂ ਆਪਾਂ ਕਹਿੰਦੇ ਦਰਵਾਜ਼ਾ ਖੜਕਾਇਆ ਜਾਵੇ ਵੀ ਜਿਹੜਾ ਹੈ ਖਤਰਾ ਆ ਚੁੱਕਿਆ ਤਾਂ ਉਹ ਲੋਕਾਂ ਨੂੰ ਸੁਚੇਤ ਕੀਤਾ ਜਾ ਸਕੇ
ਲੋਕ ਇਹਦੀਆਂ ਗੱਲਾਂ ਕਰਨ, ਲੋਕ ਜਿਵੇਂ ਜਿਵੇਂ ਆਪਾਂ ਹੁਣ ਅੱਜ ਪ੍ਰੋਗਰਾਮ ਸ਼ੂਟ ਕਰ ਰਹੇ ਹਾਂ ਹਨਾ, ਕਿਤੇ ਕੁਛ ਹੋਰ ਈਵੈਂਟ ਹੋ ਰਹੇ ਹੋਣੇ, ਗਲੋਬ ਤੇ ਸਾਰੇ ਈਵੈਂਟ ਹੋਣਗੇ, ਤਾਂ ਜੋ ਜਿਹੜੇ ਲੋਕ ਸੁੱਤੇ ਪਏ ਆ ਹਨਾ, ਜਾਗਦੇ ਹੋਏ ਵੀ ਸੁੱਤੇ ਹੋਏ ਆ, ਉਹਨਾਂ ਨੂੰ ਜਗਾਇਆ ਸਕੇ, ਜਗਾਇਆ ਜਾ ਸਕੇ ਵੀ ਵੇਖ ਲਓ ਮਹਾਰਾਜ ਜਿਹੜਾ ਪਾਣੀ ਪੀਣਾ ਉਹ ਤਾਂ ਕਾਲਾ ਹੋ ਚੁੱਕਿਆ। ਕੁੱਲ ਮਿਲਾ ਕੇ ਘੱਟੋ ਘੱਟ ਇੱਕ ਦਿਨ ਤਾਂ ਸੋਚਣ ਲੋਕ ਸੋਚਣ ਲਈ ਮਜਬੂਰ ਹੋਣ ਹਨਾ। ਜੀ ਬਿਲਕੁਲ। ਤੇ ਜਿਹੜਾ ਹੁਣ ਪੰਜਾਬ ਦੀ ਗੱਲ ਕਰਦੇ ਹਾਂ ਆਪਾਂ ਵੀ ਪਾਣੀ ਬਚਾਉਣਾ ਹੈ, ਖਾਸ ਕਰਕੇ ਨਾਮ ਵੀ ਪਾਣੀਆਂ ਤੋਂ ਪੰਜਾਬ ਦਾ, ਤਾਂ ਪਰ ਫਸਲਾਂ ਇਹੋ ਜਿਹੀਆਂ ਬੀਜੀਆਂ ਜਾਣ ਲੱਗ ਗਈਆਂ, ਝੋਨੇ ਇਹੋ ਜਿਹੇ ਝੋਨਿਆਂ ਕਰਕੇ ਕੀ ਹੋਇਆ ਕਿ ਪਾਣੀ ਬਹੁਤ ਜ਼ਿਆਦਾ ਨੀਵਾਂ ਚਲਿਆ ਗਿਆ। ਜਿਹੜਾ ਦਰਿਆਈ ਪਾਣੀ ਸੀ ਉਹ ਤਾਂ ਆਪਾਂ ਦੇਖ ਹੀ ਸਕਦੇ ਹਾਂ ਕਿੰਨਾ ਖਰਾਬ ਹੋਇਆ, ਲੋਕ ਆਪਣਾ ਟੂਣੇ ਵੀ ਕਰਦੇ ਆ ਵਿੱਚ ਸੁੱਟਦੇ ਆ, ਅਤੇ ਸ਼ਹਿਰਾਂ ਦਾ ਪਾਣੀ ਵੀ ਆਉਂਦਾ ਅਤੇ ਫੈਕਟਰੀਆਂ ਦਾ ਪਾਣੀ ਵੀ ਆਉਂਦਾ। ਇਹ ਲੱਗਦਾ ਤੁਹਾਨੂੰ ਇਹੋ ਜਿਹੇ ਦਿਨ ਰੱਖਣ ਨਾਲ ਜਿਹੜੇ ਲੋਕ ਆ ਉਹਨਾਂ ਨੂੰ ਥੋੜ੍ਹਾ ਬਹੁਤ ਅਕਲ ਆਊਗੀ ਜਾਂ ਸੂਝ ਆਊਗੀ ਕਿ ਅਸੀਂ ਘੱਟੋ ਘੱਟ ਪਾਣੀ ਬਚਾ ਲਈਏ ਆਪਣਾ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ? ਮੈਂ ਇੱਕ ਗੱਲ ਕਹਿਣਾ ਹੁੰਦਾ ਵੀ ਸਾਡੇ ਲੋਕਾਂ ਦਾ ਔਖਾ, ਅੱਛਾ ਉਹਨਾਂ 'ਚ ਮੈਂ ਵੀ ਹੈ, ਤਾਂ ਹੀ ਹੈ ਨਾ ਸਾਡੇ ਲੋਕਾਂ ਦਾ ਔਖਾ। ਪਰ ਮਤਲਬ ਜਦੋਂ ਜਿਵੇਂ ਜਿਵੇਂ ਹੁਣ ਤੁਸੀਂ ਦੇਖੋ ਵੀ ਅਸੀਂ ਬੂੰਦ ਬੂੰਦ ਪਾਣੀ ਨੂੰ ਤਰਸਣ ਲੱਗ ਗਏ ਹਾਂ, ਪਾਣੀ ਦੀ ਬੋਤਲ ਦਾ ਜਿਹੜਾ ਜਿਹੜੀ ਕੀਮਤ ਆ ਉਹ ਦੁੱਧ ਦੇ ਬਰਾਬਰ ਆਉਂਦੀ ਜਾਂਦੀ ਆ, ਤਾਂ ਫਿਰ ਜੇ ਅਸੀਂ ਹਜੇ ਵੀ ਨਾ ਸੰਭਲਾਂਗੇ ਤਾਂ ਕਦੋਂ ਸੰਭਲਾਂਗੇ ਹੈ ਨਾ। ਅਤੇ ਜੇ ਜੇ ਸਾਨੂੰ ਮਤਲਬ ਯਾਰ ਪੀਣਾ ਤਾਂ ਉਹ ਆ ਨਾ ਵੀ ਅਸੀਂ ਅਸੀਂ ਕੁਛ ਕੁਛ ਦਿਨ ਵੀ ਉਹਦੇ ਬਿਨਾਂ ਜ਼ਿੰਦਾ ਨਹੀਂ ਰਹਿ ਸਕਦੇ, ਅਤੇ ਜੇ ਉਹਦੇ ਲਈ ਵੀ ਅਸੀਂ ਮੁੱਲ ਪਾਣੀ ਪੀ ਰਹੇ ਹਾਂ ਤਾਂ। ਪਰ ਮੈਂ ਕਈ ਲੋਕਾਂ ਨੂੰ ਸਵਾਲ ਕਰਦਾ ਹੁਣ ਜਿਹੜੇ ਕਹਿਣ ਲੱਗੇ ਯਾਰ ਐਡੀ ਕੀ ਹੋ ਗਿਆ, ਤੁਸੀਂ ਇੰਨਾ ਰੌਲਾ ਪਾਉਣੇ ਰਹਿੰਦੇ, ਜਾ ਕੇ ਕਦੇ ਦਰਿਆ ਕੰਢੇ ਖੜ੍ਹ ਜਾਂਦੇ, ਕਦੇ ਜਿਹੜੇ ਰੁੱਖ ਵੱਢੇ ਟੁੱਕੇ ਆ ਉੱਥੇ ਖੜ੍ਹ ਜਾਂਦੇ, ਵੀ ਕੀ ਹਨੇਰੀ ਆਉਣ ਲੱਗੀ ਹੈ। ਅਤੇ ਇਸ ਤੋਂ ਵੱਡੀ ਹੁਣ ਤੁਸੀਂ ਇਹ ਦੇਖੋ ਵੀ ਪੂਰੇ ਵਿਸ਼ਵ 'ਚ ਤਿੰਨ ਬੰਦਿਆਂ ਦੇ ਵਿੱਚੋਂ ਇੱਕ ਸਾਇੰਸ ਦਾ ਮਤਲਬ ਡਾਟਾ ਆਇਆ ਕਿ ਇੱਕ ਬੰਦਾ ਤਾਂ ਪੱਕਾ ਹੀ ਆ ਵੀ ਜਿਹਨੂੰ ਸ਼ੁੱਧ ਪਾਣੀ ਮਿਲ ਹੀ ਨਹੀਂ ਰਿਹਾ, ਔਰ ਉਹ ਤਿੰਨਾਂ 'ਚੋਂ ਇੱਕ ਦੀ ਗੱਲ ਕਰਦੇ ਤਾਂ ਕਾਊਂਟ ਲੱਗਦਾ ਥੋੜ੍ਹਾ, ਪਰ ਮਿਲੀਅਨ ਬਿਲੀਅਨ 'ਚ ਬਣ ਜਾਂਦਾ ਕਾਊਂਟ ਵੀ ਜਿਨ੍ਹਾਂ ਨੂੰ ਸ਼ੁੱਧ ਪਾਣੀ ਨਹੀਂ ਮਿਲ ਰਿਹਾ। ਔਰ ਪਤਾ ਹੀ ਨਹੀਂ ਕਿੰਨੇ ਲੱਖਾਂ ਬੱਚੇ ਜਿਹੜੇ ਸ਼ੁੱਧ ਪਾਣੀ ਦੀ ਘਾਟ ਕਾਰਨ ਉਹ ਆਪਦਾ ਪੰਜਵਾਂ ਜਨਮ ਦਿਨ ਵੀ ਨਹੀਂ ਮਨਾ ਪਾਉਂਦੇ, ਤਾਂ ਮਤਲਬ ਅਸੀਂ ਬਹੁਤ ਜਿਹੜੀ ਗਲਤ ਸਥਿਤੀ 'ਚੋਂ ਗੁਜ਼ਰ ਰਹੇ ਹਾਂ। ਔਰ ਇਹ ਦਿਨ ਮਨਾਉਣ ਦਾ ਮਤਲਬ ਹੀ ਇਹ ਆ ਕਿ ਖਾਸ ਕਰਕੇ ਜਿਹੜੀਆਂ ਸਾਡੀਆਂ ਨਵੀਂ ਜਨਰੇਸ਼ਨ ਆ, ਹੁਣ ਮੈਂ ਬਦਲਾਵ ਦੇਖਦਾ, ਮੈਂ ਆਪਣੇ ਘਰ 'ਚ ਬਦਲਾਵ ਦੇਖਦਾ, ਮੈਂ ਵਾਤਾਵਰਨ ਦੀਆਂ ਗੱਲਾਂ ਕਰਦਾ, ਪੜ੍ਹਦਾ ਲਿਖਦਾ, ਮੇਰੀਆਂ ਦੋਨੇ ਬੇਟੀਆਂ ਨੇ ਉਹ ਗੱਲਾਂ ਕਰਦੀਆਂ ਨੇ, ਉਹ ਈਵਨ ਉਹ ਜਦੋਂ ਜੇ ਮੇਰੇ ਸਾਰਾ ਦਿਨ ਗੱਲਾਂ ਕਰਦੇ ਆ ਤਾਂ ਜੇ ਕਿਤੇ ਮੈਥੋਂ ਮਾੜੀ ਮੋਟੀ ਕਤਾਈ ਕਿਤੇ ਹੋਣ ਵੀ ਲੱਗਦੀ ਆ ਤਾਂ ਉਹ ਕਹਿੰਦੇ ਪਾਪਾ ਤੁਸੀਂ ਚਾਹੇ ਘਰ ਹੀ ਆ ਚਾਹੇ ਝਾੜੂ ਲੱਗ ਜਾਣਾ, ਅਤੇ ਹੁਣ ਤੁਸੀਂ ਇੱਥੇ ਬੈਠੇ ਜੋ ਕੋਈ ਚੀਜ਼ ਸਿੱਟ ਰਹੇ ਇਹਨੂੰ ਡਸਟਬਿਨ 'ਚ ਕਿਉਂ ਨਹੀਂ ਸਿੱਟਦੇ? ਅਤੇ ਜਦੋਂ ਇਹ ਸੋਚ ਸਾਡੇ ਹਰ ਘਰ 'ਚ ਪਹੁੰਚੂਗੀ ਕਿ ਅਸੀਂ ਗੰਦ ਚਾਹੇ ਧਰਤੀ 'ਤੇ ਪਾ ਰਹੇ ਹਾਂ, ਚਾਹੇ ਹਵਾ 'ਚ ਪਾ ਰਹੇ ਹਾਂ ਅਤੇ ਚਾਹੇ ਪਾਣੀਆਂ 'ਚ ਪਾ ਰਹੇ ਹਾਂ, ਅਤੇ ਉਹਦੇ ਨਾਲ ਸਾਡਾ ਹੀ ਜੀਵਨ ਔਖਾ, ਤਾਂ ਫਿਰ ਡੈਫੀਨੇਟਲੀ ਜਿਹੜੀ ਅਗਲੀ ਪੀੜ੍ਹੀ ਆ, ਕਿਉਂਕਿ ਕਦੇ ਹਮੇਸ਼ਾ ਸਦਾ ਨਵਾਗੀ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾ, ਹੈ ਨਾ, ਜੇ ਅੱਜ ਦੇਣ ਤਾਂ ਰਾਤ, ਮਤਲਬ ਜੇ ਅੱਜ ਆ ਤਾਂ ਦੇਣ ਅਤੇ ਕੱਲ੍ਹ ਰਾਤ ਆ, ਜੇ ਅੱਜ ਰਾਤ ਆ ਤਾਂ ਕੱਲ੍ਹ ਦੇਣ ਸਵੇਰਾ ਹੋਊਗਾ। ਇਹ ਸਾਡੇ ਜਿਵੇਂ ਕਹਿੰਦੇ ਨੇ ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ, ਤਾਂ ਡੈਫੀਨੇਟਲੀ ਇਹ 'ਚੋਂ ਅਸੀਂ ਬਾਹਰ ਆਵਾਂਗੇ, ਪਰ ਬਾਹਰ ਐਂ ਨਹੀਂ ਹੈਗਾ ਕਿ ਵੀ ਅਸੀਂ ਗੰਦ ਪਾਈ ਜਾਈਏ ਅਤੇ ਸਵੇਰੇ ਉੱਠ ਕੇ ਦੇਖੀਏ ਕਿ ਸਾਰੇ ਦਰਿਆ ਸਾਫ਼ ਹੋ ਗਏ, ਸਮੁੰਦਰ ਸਾਫ਼ ਹੋ ਗਏ। ਫਿਰ ਕੁਛ ਲੋਕ ਇਸ ਪ੍ਰਤੀ ਨਾ ਸਰਬਜੀਤ ਬੜੇ ਲੋਕਾਂ ਦਾ ਇਹ ਹੁੰਦਾ ਯਾਰ ਸਰਕਾਰਾਂ ਨਹੀਂ ਉਹ ਆਹ ਕਰਦੀਆਂ, ਫਲਾਨਾ ਨਹੀਂ ਆਹ ਕਰਦਾ, ਹੈ ਨਾ ਯਾਰ ਗੰਦ ਤਾਂ ਅਸੀਂ ਪਾਉਣੇ ਆ, ਹੁਣ ਸਰਕਾਰ ਹਰ ਘਰ 'ਚ ਕਿੱਥੋਂ ਤੁਰੀ ਫਿਰੇ? ਬਿਲਕੁਲ, ਹੈ ਨਾ, ਬਿਲਕੁਲ। ਤਾਂ ਸਾਨੂੰ ਕਮ ਸੇ ਕਮ ਇੱਕ ਤਾਂ ਆਪਣੇ ਲੈਵਲ 'ਤੇ ਇਹ ਚੀਜ਼ ਸਮਝਣੀ ਪੈਣੀ ਆ ਕਿ ਇਹਦੇ ਵਿੱਚ ਸਾਡਾ ਵੀ ਰੋਲ ਆ ਹਰ ਥਾਂ 'ਤੇ, ਹੈ ਨਾ। ਹੁਣ ਜਿਵੇਂ ਲੋਕ ਕਹਿੰਦੇ ਵੀ ਫਲਾਨਾ ਕੋਈ ਵੀ ਵਰਗ ਆ, ਇੱਕ ਵਰਗ ਆ ਵੀ ਉਹ ਵਰਗ ਇਹਦੇ 'ਚ ਪਾਣੀਆਂ 'ਚ ਗੰਦ ਪਾ ਰਿਹਾ, ਅਤੇ ਉਹ ਵਰਗ ਦੇ ਹੈ ਤਾਂ ਲੋਕ ਹੀ ਨੇ, ਸਾਡੇ ਵੀਰ ਭਰਾ ਨੇ, ਹੈ ਨਾ। ਤਾਂ ਉਹ ਚੀਜ਼ਾਂ ਨੂੰ ਜਿਵੇਂ ਜਿਵੇਂ ਸੁਚੇਤ ਹੋਈ ਜਾਵਾਂਗੇ, ਜਿਵੇਂ ਜਿਵੇਂ ਅਸੀਂ ਠੀਕ ਆ ਅੱਜ ਕਿਸੇ ਵੀ ਕਾਰਖਾਨੇ ਵਾਲੇ ਨੂੰ, ਕਿਸੇ ਕਿਸਾਨ ਨੂੰ, ਕਿਸੇ ਨੂੰ ਕਿਸੇ ਵੀ ਉਹਦੀ ਤਕਨੀਕ ਨਾਲ ਇਹ ਲੱਗਦਾ ਕਿ ਮੈਨੂੰ ਇੰਨਾ ਪੈਸਾ ਆ ਰਿਹਾ, ਪਰ ਉਹਦਾ ਪੈਸਾ ਹਸਪਤਾਲਾਂ 'ਚ ਕਿੰਨਾ ਜਾ ਰਿਹਾ, ਟੈਸਟਾਂ ਦੇ ਵਿੱਚ ਕਿੰਨਾ ਜਾ ਰਿਹਾ, ਉਹਦੀ ਕੈਲਕੂਲੇਸ਼ਨ ਕਿੱਥੇ ਸਾਡੇ ਕੋਲ? ਅਗਲੀ ਗੱਲ ਮੇਰੀ ਇਹੀ ਸੀ ਵੀ ਬਹੁਤ ਵਧੀਆ ਗੱਲ ਹੈ, ਤੁਸੀਂ ਬੜੀ ਉਮੀਦ ਰੱਖੀ ਹੈ ਵੀ ਜ਼ਰੂਰ ਇੱਕ ਦਿਨ ਸਭ ਕੁਛ ਠੀਕ ਹੋਊਗਾ, ਪਰ ਇੱਕ ਦੇਖਿਆ ਤੁਸੀਂ ਵੀ ਮਾਲਵਾ ਇਲਾਕਾ ਜਿਹੜਾ ਆਪਣਾ ਪੰਜਾਬ ਦਾ, ਇੱਥੇ ਕੈਂਸਰ ਕਿੰਨਾ ਹੋ ਗਿਆ ਇਸ ਪਾਣੀ ਦੀ, ਬਹੁਤ ਜ਼ਿਆਦਾ ਡੂੰਘਾ ਪਾਣੀ ਚਲਿਆ ਗਿਆ, ਡੂੰਘਾ ਪਾਣੀ ਵੀ ਇਹ ਜਿਹੜਾ ਨਿਕਲਦਾ ਉਹ ਬੜਾ ਖਰਾਬ ਹੈ, 450 ਫੁੱਟ 'ਤੇ ਪਾਣੀ ਹੈਗਾ ਮਾਲਵੇ ਦੇ ਵਿੱਚ, ਉਹੀ ਜਿਹੜਾ ਪਾਣੀ ਆ ਅਸੀਂ ਵੱਧ ਤੋਂ ਵੱਧ ਵਰਤਦੇ ਹਾਂ, ਇਹਨੂੰ ਗੰਦਲਾ ਕਰਦੇ ਹਾਂ ਆਪਦੀ ਸਹੂਲਤ ਪਤਾ ਨਹੀਂ ਕਾਹਦੀ ਆ, ਵੀ ਸਾਨੂੰ ਫੈਕਟਰੀਆਂ ਦੇ ਵਿੱਚ ਬਹੁਤ ਜ਼ਿਆਦਾ ਸਾਡੀ ਪ੍ਰੋਡਕਸ਼ਨ ਹੋਊਗੀ ਅਤੇ ਕਮਾਈ ਕਰਾਂਗੇ, ਅਤੇ ਪਰ ਉਹੀ ਜਿਹੜੀ ਅਸੀਂ ਕਮਾਈ ਕਰਦੇ ਹਾਂ ਉਹ ਖਰਚਾ ਜਿਹੜਾ ਹੁੰਦਾ ਉਹ ਹਸਪਤਾਲਾਂ 'ਚ ਜਾਂਦਾ। ਜੀ ਬਿਲਕੁਲ ਬਿਲਕੁਲ। ਮਤਲਬ ਤੁਸੀਂ ਦੇਖੋ ਵੀ ਅੱਜ ਤੁਸੀਂ ਆਪਾਂ ਕਿਸੇ ਵੀ ਵੱਡੇ ਕਿਸੇ ਫੋਰਟਿਸ, DMC, ਅਪੋਲੋ, ਕਿਸੇ ਹੋਸਪਿਟਲ, DM ਲੁਧਿਆਣੇ ਦੇ ਆਪਾਂ ਚਲੇ ਜਾਈਏ,
ਉੱਥੇ ਇੱਕ ਕਿਸੇ ਕਿਸੇ ਵੀ ਇੱਕ ਗੈਸਟਰੋ ਵਾਲੇ ਦੇ ਗੈਸਟਰੋ ਦੇ ਮਰੀਜ਼ ਬਹੁਤ ਨੇ ਅੱਜ ਕੱਲ੍ਹ ਚਲੇ ਜਾਈਏ ਤਾਂ ਤੁਹਾਨੂੰ ਕੀ ਲੱਗਦਾ ਵੀ ਉੱਥੇ ਕਿਤੇ ਇਕੱਲੇ ਕਿਸਾਨ ਦੇ ਮਾਂ ਬਾਪ ਬਿਮਾਰ ਨੇ ਜਾਂ ਇਕੱਲੇ ਫੈਕਟਰੀਆਂ ਵਾਲੇ ਦੇ ਬਿਮਾਰ ਨੇ? ਮਤਲਬ ਇੱਕ ਲੇਬਰ ਕਲਾਸ ਤੋਂ ਲੈ ਕੇ ਜਿਹੜਾ ਬੰਦਾ ਆਪਣੇ ਆਪ ਨੂੰ ਬਹੁਤ ਅਮੀਰ ਸਮਝਦਾ ਉਹ ਵੀ ਬੈੱਡ 'ਤੇ ਪਿਆ ਹੋਇਆ। ਸਾਰੇ ਅਸੀਂ ਚਾਹੇ ਕੋਈ ਨੌਕਰੀ ਵਾਲਾ ਹੈ ਚਾਹੇ ਕੋਈ ਬਿਜ਼ਨਸ ਵਾਲਾ, ਉਹ ਸਾਰੇ ਹਸਪਤਾਲਾਂ 'ਚ ਪਏ ਹੋਏ ਆ, ਸਾਰੇ ਦਵਾਈਆਂ 'ਤੇ ਮਤਲਬ ਲਾਈਨਾਂ ਲੱਗੀਆਂ ਹੋਈਆਂ। ਯਾਰ ਮਤਲਬ ਬਹੁਤ ਅਸੀਂ ਦਿਲ ਡਰਦਾ ਯਾਰ ਵੀ ਜਿਵੇਂ ਕਈ ਤਾਂ ਕਹਿੰਦੇ ਯਾਰ ਵੀ ਜਿਵੇਂ ਮੇਰੇ ਸੱਜਣ ਬੇਲੀ ਬਹੁਤ ਜ਼ਿਆਦਾ ਬਾਹਰ ਨੇ ਵੀ ਤੂੰ ਛੱਡ ਯਾਰ ਕਿੱਥੇ ਗੰਦ 'ਚ ਹੱਥ ਮਰੀ ਜਾਂਦਾ ਕਿੱਥੇ ਲੋਕਾਂ ਨਾਲ ਮੱਥਾ ਮਰੀ ਜਾਂਦਾ। ਅਤੇ ਯਾਰ ਉਹ ਮੈਨੂੰ ਤਾਂ ਇਹੋ ਜਿਹਾ ਲੱਗਦਾ ਹੁੰਦਾ ਕਿ ਵੀ ਇਹ ਤਾਂ ਮੈਦਾਨ ਛੱਡਣ ਵਾਲੀ ਗੱਲ ਆ ਯਾਰ, ਕੋਈ ਤਾਂ ਗੱਲ ਕਰੇ ਜੇ ਹੈ ਨਾ, ਫਿਰ ਜੇ ਗੱਲ ਬਾਤ ਕਰੇਗੇ ਤਾਂ ਬਾਤ ਨਿਕਲੇਗੀ ਹੈ ਨਾ, ਤਾਂ ਦੂਰ ਤੱਕ ਜਾਏਗੀ ਅਤੇ ਦੂਰ ਤੱਕ ਯਾਰ ਲਿਜਾਣੀ ਪੈਣੀ, ਉਹ ਆਪਾਂ ਨੂੰ ਸਾਰਿਆਂ ਨੂੰ ਲਿਜਾਣੀ ਪੈਣੀ ਹੈ। ਬਿਲਕੁਲ ਬਿਲਕੁਲ। ਅਤੇ ਉਹ ਨਹੀਂ ਤਾਂ ਫਿਰ ਦੋ ਪੈਗ ਲਾ ਕੇ ਸ਼ਾਮ ਨੂੰ ਕਨੇਡਾ 'ਚ ਬਹਿ ਕੇ ਗੱਲਾਂ ਕਰਨੀਆਂ ਵੀ ਯਾਰ ਸਾਡੇ ਆ ਸਿਸਟਮ ਬਹੁਤ ਘੈਂਟ ਆ, ਅਤੇ ਵੀ ਭਰਾਓ ਤੁਹਾਡਾ ਹੀ ਆ ਜਿਹੜਾ ਛੱਡ ਕੇ ਗਏ ਹੋਏ ਆ। ਡਾਕਟਰ ਸਾਹਿਬ, ਤੁਸੀਂ ਫਿਰ ਆਖਰੀ ਕੀ ਸੁਨੇਹਾ ਦੇਣਾ ਚਾਹੋਗੇ ਇਸ ਦਿਨ ਨੂੰ ਲੈ ਕੇ ਆਪਣੇ ਪੰਜਾਬੀਆਂ ਨੂੰ ਕਿ ਕੀ ਹੋਣਾ ਚਾਹੀਦਾ, ਕਿਵੇਂ ਆਪਾਂ ਬਚਾ ਸਕਦੇ ਹਾਂ, ਕੀ ਸੋਚ ਬਦਲਣੀ ਪੈਣੀ ਹੈ, ਜਾਂ ਕੋਈ ਜਿੱਦਾਂ ਕਿ ਸਰਕਾਰ ਦੀ ਵੀ ਤੁਸੀਂ ਗੱਲ ਕੀਤੀ ਸੀ, ਸਰਕਾਰ ਦੁਆਰਾ ਇਹੋ ਜਿਹੀਆਂ ਤਬਦੀਲੀਆਂ ਲਿਆਉਂਦੀਆਂ ਜਾਣ ਕਿ ਪਾਣੀ ਜਿਹੜਾ ਉਹ ਗੰਦਲਾ ਨਾ ਹੋਵੇ ਅਤੇ ਪਾਣੀ ਵਧੀਆ ਰਹੇ? ਦੇਖੋ ਸਰ ਜੀ, ਇਹ 'ਚ ਸਾਡਾ ਸਾਰਿਆਂ ਦਾ ਰੋਲ ਆ, ਸਾਰਿਆਂ ਨੂੰ ਨਿਭਾਉਣਾ ਪੈਣਾ। ਮਤਲਬ ਜਿਹੜਾ ਤਾਂ ਐਜ਼ ਇੰਡੀਵਿਜੁਅਲ ਜੋ ਅਸੀਂ ਇਨਸਾਨ ਹੋਣ ਦੇ ਨਾਤੇ ਸਾਨੂੰ ਸਾਡੀ ਜੀਵਨ ਜਾਂਚ ਬਦਲਣੀ ਪੈਣੀ ਹੈ ਵੀ ਸਾਨੂੰ ਜਿਹੜੇ ਥਾਵਾਂ 'ਤੇ ਜਿਵੇਂ ਪਾਣੀ ਨੂੰ ਪਲੀਤ ਕਰਨੀ, ਅਸੀਂ ਕਿੰਨੇ ਘਰਾਂ 'ਚ ਡਿਟਰਜੈਂਟ ਵਰਤ ਰਹੇ ਹਾਂ, ਕਿੰਨਾ ਕੁਛ ਸਾਡਾ ਛੱਪੜ ਵੀ ਗੰਦਲੇ ਹੋ ਰਿਹਾ, ਜਿਵੇਂ ਮੈਂ ਆਪਦੀ ਉਹ ਛੋਟੀ ਜਿਹੀ ਪੋਇਮ ਸੁਣਾਈ ਸੀ ਹੈ ਨਾ, ਛੱਪੜ ਵੀ ਜਿਹੜੇ ਦਰਿਆ ਵੀ ਨਦੀਆਂ ਵੀ ਆ ਹੈ ਨਾ, ਵੀ ਉਹ 'ਚ ਅਸੀਂ ਆਪਣਾ ਜੀਵਨ ਜਾਂ ਲਾਈਫ ਸਟਾਈਲ ਇੱਦਾਂ ਦਾ ਵਰਤੀਏ ਵੀ ਜਿਹਦੇ ਨਾਲ ਉਹ ਗੰਦਲਾ ਨਾ ਹੋਵੇ, ਉਹ 'ਚ ਇਹੋ ਜਿਹੀਆਂ ਚੀਜ਼ਾਂ ਸਾਡੇ ਪਾਣੀ ਦੇ ਸੋਮਿਆਂ 'ਚ ਨਾ ਜਾਣ ਕਿ ਉਹ ਡੈੱਡ ਵਾਟਰ ਬਣ ਜਾਵੇ, ਉਹਦੇ ਵਿੱਚ ਜਲ 'ਚ ਵੀ ਜੀਵਨ ਹੈ ਨਾ, ਉਹਦੇ 'ਚ ਮੱਛੀਆਂ ਨੇ ਜਾਂ ਪਤਾ ਹੀ ਨਹੀਂ ਕਿੰਨੇ ਤਰ੍ਹਾਂ ਦੇ ਜੀਵ ਜੰਤੂ ਆ, ਉਹਨਾਂ ਨੂੰ ਅਸੀਂ ਰੋਕੀਏ। ਦੂਸਰੀ ਗੱਲ, ਜਿਹੜੇ ਸਾਡੇ ਰੋਜ਼ੀ ਰੋਟੀ ਨਾਲ ਜੁੜੇ ਹੋਏ ਕਿੱਤੇ ਆ, ਉਹਨਾਂ ਦੀ ਜਿਹੜੀ ਤਰੀਕਾ ਉਹ ਸਟਾਈਲ ਚੇਂਜ ਕਰੀਏ। ਅਸੀਂ ਇਹ ਨਾ ਦੇਖੀਏ ਕਿ ਸਾਨੂੰ ਪੋਲਿਊਸ਼ਨ ਕੰਟਰੋਲ ਬੋਰਡ ਵਾਲਾ ਰੋਕੂਗਾ ਤਾਂ ਅਸੀਂ ਫੈਕਟਰੀ ਦਾ ਗੰਦ ਫਿਰ ਰੋਕਣਾ, ਅਸੀਂ ਆਪ ਹੀ ਨਾ ਪਾਈਏ। ਔਰ ਦੂਸਰੀ ਗੱਲ, ਸਰਕਾਰ ਵੀ ਡੈਫੀਨੇਟਲੀ, ਸਰਕਾਰਾਂ ਬਹੁਤ ਵੱਡੀਆਂ ਹੁੰਦੀਆਂ, ਜੇ ਸਰਕਾਰ ਚਾਹੇ ਤਾਂ ਸਭ ਕੁਝ ਕਰ ਸਕਦੀ ਆ। ਕਿੰਨੇ ਪ੍ਰੋਜੈਕਟ ਬਣਦੇ ਆ, ਕਿੰਨੇ ਕਰੋੜਾਂ ਦੇ ਪ੍ਰੋਜੈਕਟ ਬਣਦੇ ਆ ਕਿ ਅਸੀਂ ਆਪ ਜਿਹਨੂੰ ਕਦੇ ਬੁੱਢਾ ਦਰਿਆ ਹੁੰਦਾ ਸੀ ਹੁਣ ਗੰਦਾ ਨਾਲਾ ਹੋ ਗਿਆ, ਉਹਦੇ ਲਈ ਆਉਂਦੇ ਰਹਿੰਦੇ ਆ। ਯਾਰ ਇਹ 'ਚ ਗੰਦ ਪੈਣਾ ਬੰਦ ਕਰ ਦਿਓ ਅਤੇ ਸਾਫ਼ ਹੋ ਜਾਣਾ ਦਰਿਆ। ਸਾਨੂੰ ਅਸਲ 'ਚ ਸਾਨੂੰ ਕੁਛ ਕਰਨ ਦੀ ਲੋੜ ਨਹੀਂ, ਸਾਨੂੰ ਤਾਂ ਪਾਸੇ ਹਟਣ ਦੀ ਲੋੜ ਆ, ਪਾਸੇ ਹਟਣ ਦੀ ਲੋੜ ਆ, ਸਹੀ ਗੱਲ ਆ। ਅਤੇ ਨੇਚਰ ਤਾਂ ਆਪਣੇ ਆਪ ਰਿਵਾਈਵ ਕਰਦੀ ਆ, ਟਾਹਣਾ ਟੁੱਟਦਾ ਨਵਾਂ ਫੁੱਟਿਆ ਆਉਂਦਾ, ਇਵੇਂ ਹੀ ਪਾਣੀ ਨੇ। ਆ ਤੁਸੀਂ 6 ਮਹੀਨੇ ਲਈ, ਸਾਲ ਦੇ ਲਈ ਗੰਦ ਪਾਉਣਾ ਬੰਦ ਕਰ ਦਿਓ ਅਤੇ ਜਦੋਂ ਹੀ ਉਹ ਬਰਸਾਤਾਂ ਤੋਂ ਬਾਅਦ ਜਦੋਂ ਆ ਜਾਣਾ ਉਸ ਨੀਲੀ ਛੱਤ ਵਾਲੇ ਨੇ ਸਾਰਾ ਸਾਫ਼ ਕਰ ਦਿਆ। ਆਪਾਂ ਕਰੋਨਾ ਦੇ ਸਮੇਂ 'ਚ ਦੇਖਿਆ ਹੀ ਆ ਹਵਾ ਕਿੰਨੀ ਸਾਫ਼ ਹੋ ਗਈ ਸੀ, ਕਿਉਂਕਿ ਆਪਾਂ ਕੰਮ ਕਰਨਾ ਛੱਡ ਗਏ ਸੀ ਜਿਹੜਾ ਆਪਾਂ ਉਹ ਕੀਤਾ ਹੋਇਆ, ਅਤੇ ਕੁਦਰਤ ਨੇ ਆਪਣੇ ਆਪ ਦੀ ਗੱਲ ਕਰਤੀ ਸੀ। ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਪਾਣੀ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੇ ਪੰਜਾਬੀਆਂ ਨੂੰ ਦਿੱਤੀ। ਦੋਸਤੋ, ਗੱਲ ਇਹ ਹੈ ਕਿ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਪਾਣੀ ਗੰਦਲਾ ਹੋ ਰਿਹਾ, ਟੋਬੇ ਪਿੰਡਾਂ ਦੇ ਜਿਹੜੇ ਆ ਉਹ ਵੀ ਖਰਾਬ ਹੋ ਰਿਹਾ, ਕਿਉਂਕਿ ਆਪਣਾ ਜਿਹੜਾ ਰਹਿਣਾ ਸੀ ਪਹਿਲਾਂ ਨਾਲੋਂ ਉਹ ਵੀ ਬਦਲ ਗਿਆ, ਤਾਂ ਉਹਦੇ ਕਰਕੇ ਪਾਣੀ ਵੀ ਗੰਦਲਾ ਹੋ ਰਿਹਾ। ਆਪਾਂ ਵੱਧ ਤੋਂ ਵੱਧ ਪ੍ਰੋਡਕਸ਼ਨ ਕਰਨੀ ਚਾਹੁੰਦੇ ਹਾਂ, ਫੈਕਟਰੀਆਂ ਲੱਗ ਰਹੀਆਂ, ਅੱਜ ਵੀ ਪੰਚਾਇਤੀ ਜ਼ਮੀਨਾਂ ਜਿਹੜੀਆਂ ਉਹ ਖਰੀਦੀਆਂ ਜਾਂਦੀਆਂ, ਜਿਹੜੀਆਂ ਕਿ ਨਹਿਰਾਂ ਦੇ ਕੰਢਿਆਂ ਦੇ ਉੱਤੇ ਹੈ, ਅਤੇ ਉਹ ਤਾਂ ਹੀ ਨਹਿਰਾਂ ਦੇ ਕੰਢਿਆਂ 'ਤੇ ਫੈਕਟਰੀਆਂ ਲੱਗਦੀਆਂ ਤਾਂ ਜੋ ਗੰਦਾ ਪਾਣੀ ਜਿਹੜਾ ਉਹ ਦਰਿਆਵਾਂ ਦੇ ਵਿੱਚ ਨਹਿਰਾਂ ਦੇ ਵਿੱਚ ਜਾ ਸਕੇ। ਤਾਂ ਸਾਨੂੰ ਲੋੜ ਹੈ ਕਿ ਪਾਣੀ ਨੂੰ ਬਚਾਈਏ ਅਤੇ ਪੰਜਾਬ ਨੂੰ ਬਚਾਈਏ।